ਨਹੀਂ ਆ ਸੁਣੀ। ਸਤਿ ਸ਼੍ਰੀ ਅਕਾਲ ਦੋਸਤੋ। ਦੋਸਤੋ, ਕਿਸੇ ਸ਼ਾਇਰ ਨੇ ਇਹਨਾਂ ਦੋ ਸਤਰਾਂ ਦੇ ਵਿੱਚ ਖੂਬ ਬਿਆਨ ਕੀਤਾ ਹੈ ਬੱਚਿਆਂ ਦੇ ਬਾਰੇ, ਬੱਚਿਆਂ ਦੀ ਖੁਸ਼ੀ ਦੇ ਬਾਰੇ, ਬੱਚਿਆਂ ਦੀ ਉਦਾਸੀ ਦੇ ਬਾਰੇ। ਅਤੇ ਦੋਸਤੋ, ਸਾਨੂੰ ਸਭ ਨੂੰ ਬੱਚੇ ਬੜੇ ਪਿਆਰੇ ਲੱਗਦੇ ਹਨ, ਫਿਰ ਚਾਹੇ ਉਹ ਸਾਡੇ ਆਪਣੇ ਹੋਣ, ਆਂਢ ਗੁਆਂਢ ਦੇ ਜਾਂ ਫਿਰ ਕਿਸੇ ਹੋਰ ਦੇ ਬੱਚੇ। ਪਰ ਦੋਸਤੋ, ਜੇ ਉਹੀ ਬੱਚੇ ਉਹਨਾਂ ਦੇ ਚਿਹਰਿਆਂ 'ਤੇ ਉਦਾਸੀ ਹੋਵੇ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਦਾਸੀ ਹੋਵੇ, ਜ਼ਿੰਦਗੀ ਦੇ ਵਿੱਚ ਰੰਗ ਨਾ ਹੋਣ, ਜ਼ਿੰਦਗੀ ਬੇਰੰਗੀ ਹੋਵੇ, ਗਮਗੀਨ ਹੋਵੇ, ਤਾਂ ਇਸ ਤੋਂ ਵੱਡੀ ਦਰਾਸਤੀ ਹੋਰ ਕੋਈ ਹੋ ਨਹੀਂ ਸਕਦੀ। ਦੋਸਤੋ, ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਵੀ ਕੁਝ ਅਜਿਹਾ ਹੀ ਹੈ। ਤੋ ਅੱਜ ਜਿਸ ਵਿਸ਼ੇ ਦੇ ਉੱਪਰ ਅਸੀਂ ਸੰਵਾਦ ਕਰਨ ਜਾ ਰਹੇ ਹਾਂ ਆਪਣੇ ਐਕਸਪਰਟਸ ਦੇ ਨਾਲ, ਸਾਡੀ ਚਰਚਾ ਦਾ ਵਿਸ਼ਾ ਹੈ ਜੀ, ਗਰੀਬ ਅਤੇ ਲੋੜਵੰਦ ਬੱਚਿਆਂ ਲਈ ਸਿੱਖਿਆ ਅਤੇ ਰੁਜ਼ਗਾਰ। ਜੀ, ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਮੈਂ ਫਿਰ ਤੋਂ ਦੁਹਰਾ ਦਾਂ, ਉਹ ਹੈ ਗਰੀਬ ਅਤੇ ਲੋੜਵੰਦ ਬੱਚਿਆਂ ਲਈ ਸਿੱਖਿਆ ਅਤੇ ਰੁਜ਼ਗਾਰ। ਅਤੇ ਸਾਡੇ ਜੋ ਮਾਹਿਰ ਮਹਿਮਾਨ ਇਸ ਵੇਲੇ ਜਲੰਧਰ ਦੂਰਦਰਸ਼ਨ ਦੇ ਵਿਹੜੇ ਵਿੱਚ ਸਾਡੇ ਸਟੂਡੀਓ ਦੇ ਵਿੱਚ ਵਿਰਾਜਮਾਨ ਨੇ, ਉਹ ਵੀ ਸਿੱਧੇ ਜਾਂ ਅਸਿੱਧੇ ਤੌਰ 'ਤੇ ਇਸ ਵਿਸ਼ੇ ਦੇ ਨਾਲ ਹੀ ਸੰਬੰਧਿਤ ਹਨ। ਉਹ ਕਿਸੇ ਨਾ ਕਿਸੇ ਤੌਰ 'ਤੇ, ਸਿੱਧੇ ਤੌਰ 'ਤੇ ਜਾਂ ਅਸਿੱਧੇ ਤੌਰ 'ਤੇ, ਉਹਨਾਂ ਦੀਆਂ ਗਤੀਵਿਧੀਆਂ ਜੋ ਨੇ ਉਹ ਗਰੀਬ ਬੱਚਿਆਂ ਦੀ, ਉਹਨਾਂ ਦੇ ਪਾਲਣ ਪੋਸ਼ਣ ਦੇ ਵਿੱਚ, ਉਹਨਾਂ ਨੂੰ ਸਿੱਖਿਆ ਮੁਹੱਈਆ ਕਰਵਾਉਣ ਦੇ ਲਈ, ਅਤੇ ਅੰਤ ਉਹਨਾਂ ਨੂੰ ਰੁਜ਼ਗਾਰ ਵੱਲ ਲੈ ਕੇ ਜਾਂਦੀਆਂ ਨੇ। ਸੋ ਸਭ ਤੋਂ ਪਹਿਲਾਂ ਮੈਂ ਸਾਡੇ ਦਰਸ਼ਕਾਂ ਦੇ ਨਾਲ ਉਹਨਾਂ ਦਾ ਤੁਆਰਫ ਕਰਵਾਉਂਦੀ ਹਾਂ, ਜੋ ਸਾਡੇ ਕੋਲ ਇਸ ਵੇਲੇ ਪੈਨਲ ਦੇ ਵਿੱਚ ਐਕਸਪਰਟਸ ਮੌਜੂਦ ਨੇ। ਸਭ ਤੋਂ ਪਹਿਲਾਂ ਨੇ ਜੀ ਸ਼੍ਰੀ ਟੀ ਆਰ ਸਾਰੰਗਲ ਜੀ, ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਸਟੂਡੀਓ ਦੇ ਵਿੱਚ। ਸਾਰੰਗਲ ਜੀ ਰਿਟਾਇਰਡ IAS ਨੇ, ਔਰ ਆਪਣੇ ਕਾਰਜਕਾਲ ਦੌਰਾਨ ਨੇ ਬਹੁਤ ਸਾਰੇ ਅਹਿਮ ਅਹੁਦਿਆਂ 'ਤੇ ਰਹੇ ਨੇ, ਔਰ ਅੱਜ ਕੱਲ੍ਹ ਦੇ ਸਮਾਜ ਸੇਵਾ ਨਾਲ ਜੁੜੇ ਹੋਏ ਨੇ, ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਦੀ ਅਗਵਾਈ ਕਰ ਰਹੇ ਨੇ, ਉਹਨਾਂ ਦੇ ਨਾਲ ਬੱਚਿਆਂ ਦੇ ਪਾਲਣ ਪੋਸ਼ਣ, ਗਰੀਬ ਬੱਚਿਆਂ ਨੂੰ ਉਹਨਾਂ ਦੇ ਹੱਕ ਮੁਹੱਈਆ ਕਰਵਾਉਣ ਦੇ ਲਈ ਬਹੁਤ ਉਪਰਾਲੇ ਕਰ ਰਹੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਇੱਕ ਵਾਰ ਫਿਰ ਤੋਂ ਦੂਰਦਰਸ਼ਨ ਦੇ ਵਿਹੜੇ ਦੇ ਵਿੱਚ। ਉਹਨਾਂ ਦੇ ਨਾਲ ਬੈਠੇ ਨੇ ਡਾਕਟਰ ਮਨੋਜ ਕੁਮਾਰ ਜੀ, ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਵੀ ਅੱਧੀ ਚਰਚਾ ਦੇ ਵਿੱਚ। ਡਾਕਟਰ ਮਨੋਜ ਕੁਮਾਰ ਜੀ ਜੋ ਕਿ ਉੱਘੇ ਸਿੱਖਿਆ ਸ਼ਾਸਤਰੀ ਨੇ, ਔਰ ਜਲੰਧਰ ਏਰੀਏ ਦੇ ਵਿੱਚ ਇਹ ਸਿੱਖਿਆ ਦੇ ਖੇਤਰ ਦੇ ਵਿੱਚ ਇਹਨਾਂ ਦਾ ਬਹੁਤ ਮਾਣ ਹੈ, ਲੋਕ ਬਹੁਤ ਸਤਿਕਾਰ ਦਿੰਦੇ ਨੇ ਇਹਨੂੰ, ਔਰ ਅੱਜ ਕੱਲ੍ਹ ਇਹ ਪ੍ਰਿੰਸੀਪਲ ਨੇ ਸਾਡੇ ਬਹੁਤ ਹੀ ਵਕਾਰੀ ਸੰਸਥਾ ਹੈ DAV ਸੰਸਥਾਵਾਂ, ਉੱਥੇ ਡੈਵੀਅਟ ਜਿਹਨੂੰ ਅਸੀਂ ਕਹਿੰਦੇ ਹਾਂ, DAV ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਉੱਥੇ ਪ੍ਰਿੰਸੀਪਲ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਅੱਜ ਦੀ ਚਰਚਾ ਦੇ ਵਿੱਚ। ਅੱਗੇ ਬੈਠੇ ਨੇ ਮੈਡਮ ਸੁਖਵਿੰਦਰ ਕੌਰ ਜੀ, ਜੋ ਕਿ ਮੈਂ ਗੱਲ ਕਹਾਂਗੀ ਕਿ ਇੱਕ ਔਰਤ ਹੋਣ ਦੇ ਨਾਤੇ ਇਹਨਾਂ ਨੇ ਆਪਣੀ ਇੱਕ ਫਾਊਂਡੇਸ਼ਨ ਬਣਾਈ ਹੋਈ ਹੈ, ਜੋ ਕਿ ਗਰੀਬ ਅਤੇ ਬੇਸਹਾਰਾ ਜਾਂ ਲੋੜਵੰਦ ਬੱਚੇ ਨੇ ਉਹਨਾਂ ਦੀ ਜ਼ਿੰਦਗੀ ਨੂੰ ਸਵਰਗ ਬਣਾਉਣ ਦੇ ਲਈ, ਜੇ ਸਵਰਗ ਨਹੀਂ ਤਾਂ ਕਿਸੇ ਮੁਕਾਮ 'ਤੇ ਲਿਜਾਣ ਦੇ ਲਈ ਇਹ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ। ਕੁਝ ਲੋਕ ਇਹਨਾਂ ਦੇ ਨਾਲ ਜੁੜੇ ਹੋਏ ਨੇ, ਸੋ ਇਹਨਾਂ ਤਿੰਨਾਂ ਦੇ ਨਾਲ ਅਸੀਂ ਜੋ ਇਹਨਾਂ ਦੇ ਤਜਰਬੇ ਨੇ, ਜੋ ਗਤੀਵਿਧੀਆਂ ਇਹ ਕਰ ਰਹੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਪਿਛਲੇ ਕੁਝ ਸਾਲਾਂ ਦੇ ਵਿੱਚ, ਤਾਂ ਕਿ ਅੰਡਰ ਪ੍ਰਿਵਿਲੇਜ ਜੋ ਬੱਚੇ ਨੇ ਉਹਨਾਂ ਨੂੰ ਇੱਕ ਜ਼ਿੰਦਗੀ ਜੀਣ ਦਾ ਹੱਕ ਦਿੱਤਾ ਜਾਵੇ, ਮੌਕਾ ਦਿੱਤਾ ਜਾਵੇ, ਤਾਂ ਉਹਨਾਂ ਦੇ ਨਾਲ ਅਸੀਂ ਚਰਚਾ ਕਰਦੇ ਹਾਂ। ਤਾਂ ਇੱਕ ਵਾਰ ਫਿਰ ਮੈਂ ਦੂਰਦਰਸ਼ਨ ਨੂੰ ਸਵਾਗਤ ਕਰਦੀ ਹਾਂ ਕਿ ਤੁਸੀਂ ਆਪਣੀ ਮਸ਼ਰੂਫੀਅਤ ਬਾਰੇ ਵਿੱਚੋਂ ਸਾਡੇ ਯੂਟਿਊਬ ਪਾਲ ਸਾਡੇ ਨਾਲ ਸਾਂਝੇ ਕਰ ਰਹੇ ਹੋ, ਔਰ ਸਾਡੇ ਦਰਸ਼ਕਾਂ ਨੂੰ ਕੁਛ ਚੰਗੀ ਜੋ ਰਾਏ ਐਸੀ ਦਿਓਗੇ। ਤਾਂ ਸਭ ਤੋਂ ਪਹਿਲਾਂ ਮੈਂ ਗੱਲ